ਸਤਿ ਸ਼੍ਰੀ ਅਕਾਲ ਜੀ, ਕਿੱਦਾਂ ਦੋਸਤੋ? ਠੀਕ ਠਾਕ ਆ? ਆਪਣਾ ਵੀਰ ਅਮਰਪ੍ਰੀਤ ਭਰਾ ਆਪਣਾ ਇਟਲੀ ਤੋਂ ਜੁੜ ਗਿਆ। ਅੰਮ੍ਰਿਤ ਜੋਲ ਧੱਲੇ ਗਿਆ, ਕਿੱਦਾਂ ਬਾਈ? ਠੀਕ ਠਾਕ ਸਾਰੇ? ਹੋਰ ਸੁਣਾਓ ਮਿੱਤਰੋ, ਕੀ ਹਾਲ ਚਾਲ ਆ? ਸਾਰੇ ਠੀਕ ਠਾਕ ਹੋ? ਅਤੇ ਜਿੱਤਾ ਟੰਡਾਲੀ ਬਾਈ, ਠੀਕ ਆ ਜੀ। ਹੋਰ ਬਾਈ, ਆਵਾਜ਼ ਸਹੀ ਆ ਰਹੀ ਆ? ਆਪਾਂ ਅੱਗੇ ਬੁਲਾਏ ਹੋਏ ਸੀਗੇ ਤਾਂ ਉਦੋਂ ਕਹਿੰਦੇ ਆਵਾਜ਼ ਘੱਟ ਆਉਂਦੀ ਆ, ਅੱਜ ਆਪਾਂ ਟਰਾਈ ਕਰਨੀ ਉੱਚੀ ਬੋਲਣ ਦੀ ਨਾ। ਅਤੇ ਹੋਰ ਮੇਰੇ ਵੀਰੋ, ਠੀਕ ਠਾਕ ਆ? ਤੁਹਾਨੂੰ ਪਤਾ ਹੀ ਆ ਨਾ, ਕਬੱਡੀ ਸੀਜ਼ਨ ਔਫ ਹੋਇਆ, ਬੰਦ ਆ। ਸਾਡੇ ਬੌਸ ਬਲਜੀਤ ਸੰਧੂ ਬੇਰੀ ਵਾਲੇ ਵੀ ਜੁੜ ਗਏ ਆ ਅਮਰੀਕਾ ਦੀ ਧਰਤੀ ਤੋਂ। ਅਤੇ ਸੁਲਤਾਨ ਬਾਈ, ਹੈਂ, ਅਤੇ ਤੁਹਾਨੂੰ ਪਤਾ ਵੀ ਮਿੱਤਰੋ, ਜਿੱਦਾਂ ਨਾ ਹੁਣ ਸੋਸ਼ਲ ਮੀਡੀਆ 'ਤੇ ਕਬੱਡੀ ਦਾ ਜਿਹੜਾ ਬਹੁਤ ਮਾਹੌਲ ਗਰਮ ਹੋਇਆ ਨਾ, ਕਬੱਡੀ ਹੈ ਕਿ ਹੋ ਨਹੀਂ ਰਿਹਾ ਜੀ। ਅਤੇ ਇਸ ਵਾਰ ਫਿਰ ਥੋੜ੍ਹਾ ਜਿਹਾ ਕੰਮ ਹੋਰ, ਜਿੱਦਾਂ ਥੋੜ੍ਹਾ ਤੁਸੀਂ ਦੇਖਦੇ ਹੋ ਪਿਛਲੇ ਕੁਛ ਦਿਨਾਂ ਤੋਂ ਵੀਕਾਂ ਤੋਂ ਨਾ ਥੋੜ੍ਹਾ ਰੌਲਾ ਪੈਂਦਾ ਹੈ ਨਾ ਕਬੱਡੀ ਦੇ ਪਲੇਅਰਾਂ ਦਾ ਅਤੇ ਕਬੱਡੀ ਦੇ ਕਲੱਬਾਂ, ਜਿਹੜੀਆਂ ਕਬੱਡੀ ਦੇ ਕਲੱਬਾਂ ਹੈ ਨਾ, ਪੈਸੇ ਦਾ ਰੌਲਾ ਪੈਂਦਾ। ਅਤੇ ਹੁਣ ਇੱਕ ਚਲੋ ਵਧੀਆ ਤਰੀਕਾ ਹੈਗਾ ਸੋਸ਼ਲ ਮੀਡੀਆ ਨਾ, ਇਹ 'ਤੇ ਹਰ ਕੋਈ ਹੱਕ ਆ ਆਪਣੀ ਹੈ ਨਾ, ਜੋ ਸੱਚਾਈ ਆ। ਸੁਲਤਾਨ ਕਹਿੰਦਾ ਮੇਰਾ ਨਾਮ ਲਿਆ, ਥੈਂਕ ਯੂ। ਨਹੀਂ ਨਹੀਂ ਕੈਪਟਨ ਸਾਹਿਬ, ਤੁਹਾਡੇ ਨਾਲ ਹੀ ਆ ਜੀ, ਤੁਹਾਡਾ ਨਾਮ ਨਹੀਂ ਲਿਆ ਤੁਹਾਨੂੰ ਗੁੱਸੇ ਕਰਨਾ। ਅਤੇ ਹਰ ਇੱਕ ਨੂੰ ਹੁੰਦਾ ਹੱਕ ਵੀ ਆਪਣੀ ਨਾ, ਜੋ ਸੋਹਣਾ ਸੰਧੂ, ਹਾਂ ਸੋਹਣਾ ਭਰਾ, ਕਿੱਦਾਂ ਪੇਂਡੂ ਆਪਣਾ ਬਾਈ ਡਬਈ ਤੋਂ? ਠੀਕ ਠਾਕ ਆ? ਪਹਿਲਾਂ ਆਪਾਂ ਗੱਲ ਕਰ ਲਈਏ, ਫਿਰ ਆਪਾਂ ਨਾ ਕਰਦੇ ਜਿਹੜੇ ਮੁੱਦੇ ਤੋਂ ਪਲਾਈ ਹੋਏ ਹਾਂ, ਕਬੱਡੀ ਦਾ ਮੁੱਦਾ ਨਾ, ਪੈਸੇ ਦਾ। ਵੀ ਜਿਹੜੇ ਹਰ ਇੱਕ ਨੂੰ ਹੱਕ ਆ ਆਪਣਾ ਜਿਹੜਾ ਹੱਕ, ਆਪਣਾ ਜੋ ਵੀ ਹੁੰਦਾ ਵੀ ਆਪਾਂ ਲੋਕਾਂ ਮੂਹਰੇ ਰੱਖਣ ਦਾ ਹੈ ਨਾ, ਸੱਚਾਈ, ਜਾਂ ਕੋਈ ਆਪਣਾ ਹੱਕ ਮੰਗਦਾ ਹੈ ਨਾ, ਇੱਕ ਵਧੀਆ ਤਰੀਕਾ ਹੈਗਾ ਸੋਸ਼ਲ ਮੀਡੀਆ। ਅਤੇ ਹੁਣ ਮੁੱਦਾ ਗਰਮਾਇਆ ਹੋਇਆ ਕਬੱਡੀ ਪਲੇਅਰਾਂ ਦਾ, ਪੈਸਿਆਂ ਨਾਲ, ਕਲੱਬਾਂ ਪੈਸਿਆਂ ਦਾ ਨਾ, ਵੀ ਸਾਡੇ ਪੈਸੇ ਦਿੰਦਾ। ਹੁਣ ਹੀ ਤਾਂ ਪਿਛਲੇ 3-4 ਵੀਕਾਂ 'ਚ ਜ਼ਿਆਦਾ ਹੋਇਆ ਨਾ। ਅਤੇ ਆਪਾਂ ਅੱਜ ਲਾਏ ਹੋਏ ਹਾਂ ਇਸੇ ਮੁੱਦੇ 'ਤੇ, ਮੈਟਰੋ ਕਬੱਡੀ ਕਲੱਬ ਬਣਾਉਣ, ਗੁਰਵਿੰਦਰ ਕਾਲਵਾਂ ਭਲਵਾਨ ਆਪਣਾ ਛੋਟਾ ਵੀਰ। ਗੁਰਵਿੰਦਰ ਭਲਵਾਨ ਇੱਕ ਸੁਪਰ ਸਟਾਰ ਪਲੇਅਰ, ਵਧੀਆ ਜਾਫੀ ਆ, ਮੇਰਾ ਬਹੁਤ ਪਿਆਰ ਉਹਨਾਂ, ਠੀਕ ਆ, ਬਹੁਤ ਮੇਰੀ ਰਿਸਪੈਕਟ ਕਰਦਾ, ਚਲੋ ਮੈਂ ਉਹ ਸੀਨੀਅਰ ਆ, ਇੱਕ ਵਧੀਆ ਪਲੇਅਰ ਆ। ਅਤੇ ਗੁਰਵਿੰਦਰ ਬਾਈ ਨੇ ਪਹਿਲਾਂ ਪੋਸਟ ਪਾਈ ਸੀਗੀ ਵੀ ਮੇਰੇ ਮੈਟਰੋ ਕਬੱਡੀ ਕਲੱਬ, ਚਲੋ ਬਾਈ ਦਾ ਨਾਂ ਲਿਆ, ਵੀ $9,000 ਰਹਿੰਦਾ ਮੇਰਾ ਹੈ ਨਾ। ਅਤੇ ਉਹ ਬਾਈ ਗੁਰਵਿੰਦਰ ਨੇ ਬਾਅਦ 'ਚ ਪੋਸਟ ਡਿਲੀਟ ਕਰਤੀ ਨਾ, ਚਲੋ ਹੋਈ ਗੱਲਬਾਤ ਨਾ। ਹੁਣ ਕੱਲ੍ਹ ਫੇਰ ਲਾਈਵ ਹੋਏ, ਇੰਟਰਵਿਊ ਦਿੱਤੀ, ਅਤੇ ਮੈਨੂੰ ਹੁਣ ਮੈਟਰੋ ਕਲੱਬ ਵਾਲੇ ਪੁੱਛ ਰਹੇ ਆ ਵੀ ਭਲਵਾਨ ਨੂੰ ਅਸੀਂ ਤੇਰੇ ਕੇ ਖਿਡਾਇਆ, ਸਾਨੂੰ ਆਹ ਨਾਮ ਦੇ ਰਿਹਾ, ਠੀਕ ਹੈ ਜੀ। ਮੇਰਾ ਮਤਲਬ ਸੀਗਾ ਲਾਈਵ ਹੋਣ ਦਾ, ਜਿਹੜੀ ਗੱਲ 'ਚ ਮੈਂ ਆ, ਜੋ ਮੈਨੂੰ ਪਤਾ, ਮੈਨੂੰ ਨਹੀਂ ਪਤਾ ਮੈਟਰੋ ਕਲੱਬ ਵਾਲੇ ਕਾਲਾ ਬਾਈ ਆ, ਕਾਲਾ ਹੰਸ, ਇਹ ਨਹੀਂ ਮੈਂ ਕਿਸੇ ਸਾਈਡ ਲੈਣੀ ਆ, ਮੈਂ ਇੱਕ ਪਲੇਅਰ ਹਾਂ, ਹਮੇਸ਼ਾ ਆਪਾਂ ਪਲੇਅਰ ਦੀ ਗੱਲ ਕਰਦੇ ਹਾਂ। ਕਾਲਾ ਬਾਈ ਇਹ ਨਹੀਂ ਪਤਾ, ਉਹ ਮੇਰੇ ਚੰਗਾ ਆ,
ਉਹ ਮਾੜਿਆਂ ਨੂੰ ਬਹੁਤ ਕੁਛ ਹੋਊਗਾ। ਹਰ ਕੋਈ ਇਨਸਾਨ ਨਾ ਹਰ ਕੋਈ ਚੰਗਾ ਆ ਨਾ ਮਾੜਾ ਆ, ਠੀਕ ਹੈ, ਨਾ ਮੈਂ ਸਾਰਾ ਚੰਗਾ ਆ ਨਾ ਮੈਂ ਸਾਰਾ ਮਾੜਾ ਆ। ਅਤੇ ਜੋ ਸੱਚਾਈ ਆ, ਜੋ ਸੱਚ ਆ, ਮੈਂ ਉਹ ਦੱਸੂੰਗਾ, ਠੀਕ ਆ ਜੀ। ਕਿਉਂਕਿ ਜੇ ਹੁਣ ਮੈਨੂੰ ਕਹਿੰਦੇ ਵੀ ਜੇ ਮੈਟਰੋ ਕਲੱਬ ਗਲਤ ਆ, ਜੋ ਸੱਚਾਈ ਉਹ ਬੋਲਦੇ ਉਹ 'ਚ, ਚਾਹੇ ਸਾਡੇ ਮੈਟਰੋ ਕਲੱਬ ਗਲਤ ਆ ਉਹਨੂੰ ਗਲਤ ਕਹਿ ਦੇ, ਜੇ ਭਲਵਾਨ ਗਲਤ ਭਲਵਾਨ ਗਲਤ ਕਹਿ ਦੇ। ਦੇਖੋ ਮੈਂ ਗਲਤ ਨਹੀਂ, ਮੈਂ ਜੋ ਸੱਚਾਈ ਆ ਉਹ ਦੱਸੂੰਗਾ ਵੀ ਸੱਚਾਈ ਕੀ ਆ। ਸੱਚਾਈ ਆ ਵੀ ਵੀਰੋ 2017 ਸੀਜ਼ਨ ਖੇਡੇ ਆ ਅਸੀਂ ਮੈਟਰੋ 'ਚ, ਹੈ ਨਾ, ਭਲਵਾਨ ਨਾਲ ਸੀਗਾ। ਅਤੇ ਜੀ ਸੱਚਾਈ ਆ ਵੀ ਭਲਵਾਨ ਦੇ ਗੋਡੇ ਸੱਟ ਸੀਗੀ ਪਹਿਲਾਂ ਲੱਗੀ ਹੋਈ 2016 ਦੀ, ਠੀਕ ਹੈ ਜੀ। ਅਤੇ 17 ਸੀਜ਼ਨ ਆ ਗਿਆ, ਮੇਰੀ ਵੀ ਭਲਵਾਨ ਮੇਰਾ ਥੋੜ੍ਹਾ ਰੌਲਾ ਸੀਗਾ ਸਪੋਰਟਸ ਦੀ ਟੋਰਾਂਟੋ ਮੈਟਰੋ ਟੋਰਾਂਟੋ ਫੈਡਰੇਸ਼ਨ, ਹਾਂ ਵੀ ਸੰਦੀਪ ਨੂੰ ਥੋੜ੍ਹਾ ਸੀਗਾ ਚੱਕਰ ਜਿਹਾ, ਮੇਰਾ ਪਤਾ ਨਹੀਂ ਖੇਡਣਾ ਨਹੀਂ ਖੇਡਣਾ, ਪਰ ਮੇਰੀ ਭਲਵਾਨ ਨਾਲ ਗੱਲ ਹੁੰਦੀ ਸੀ, ਭਲਵਾਨ ਕਿੱਦਾਂ ਠੀਕ ਆ, ਤੇਰਾ ਗੋਡਾ ਕਿੱਦਾਂ, ਕਹਿੰਦਾ ਭਾਈ ਠੀਕ ਆ ਖੇਡਾਂ ਕੋਈ ਚੱਕਰ ਨਹੀਂ। ਅਤੇ ਸੀਜ਼ਨ ਸ਼ੁਰੂ ਹੋ ਗਿਆ ਜੀ, ਜਦੋਂ ਅਸੀਂ ਖੇਡੇ ਹਾਂ ਪਹਿਲਾ ਮੈਚ, ਹੈ ਨਾ, ਤੁਸੀਂ ਲਾਈਵ ਚੱਲਦੇ ਮੈਚ ਦੇਖਿਆ ਹੋਣਾ, ਤਾਂ ਭਲਵਾਨ ਦੇ ਸੀਗਾ ਗੋਡੇ ਦਾ ਜਿਹੜਾ ਸੀ ਨਾ, ਤੁਹਾਨੂੰ ਪਤਾ ਵੀ ਡਾਕਟਰ ਨੂੰ ਦੱਸੇ ਓਪਰੇਸ਼ਨ ਦਾ ਲਿਗਾਮੈਂਟ ਸੀਗਾ। ਜਦੋਂ ਆਪਾਂ ਨਾ ਕਬੱਡੀ, ਉਹ ਵੀ ਟੋਰਾਂਟੋ ਦੀ ਕਬੱਡੀ ਹੋਵੇ, ਆਪਾਂ ਪੂਰੇ ਫਿੱਟ ਹੋਈਏ ਤਾਂ ਵੀ ਆਪਾਂ ਐਕਸਟਰਾ ਮਿਹਨਤ ਕਰਕੇ, ਬਹੁਤ ਔਖੀ ਕਬੱਡੀ ਆ। ਅਤੇ ਭਲਵਾਨ ਨੇ ਟਰਾਈ ਕੀਤੀ, ਪਰ ਭਲਵਾਨ ਨੂੰ ਪਤਾ ਜੋ ਇੰਜਰੀ ਹੋਵੇ ਪਲੇਅਰ ਨਾ ਨਹੀਂ ਗੱਲ ਬਣਦੀ, ਅਤੇ ਭਲਵਾਨ ਕੋਲ ਨਹੀਂ ਪਰਫੋਰਮੈਂਸ ਕਰ ਰਹੀ ਜਿੱਦਾਂ ਹਰ ਨੂੰ ਲੱਗਦਾ ਸੀ ਇਹਦੇ ਸੱਟ ਆ। ਅਗਲੇ ਦਿਨ ਮਿਹਨਤ ਕਰਨ ਗਏ, ਉੱਥੇ ਵੀ ਰਨਿੰਗ ਹੁੰਦੀ, ਭਲਵਾਨ ਲੰਗ ਮਾਰਦਾ ਸੀ। ਅਤੇ ਇਹ ਹੋਇਆ ਵੀ ਕਲੱਬ ਵਾਲੇ ਕਹਿੰਦੇ ਨਹੀਂ ਭਲਵਾਨ ਜੇਗਾ ਬੰਦਾ ਆਪਾਂ ਹੋਰ ਲੈਣਾ, ਵੀ ਇੰਜਰਡ ਆ ਇਹ ਫਿੱਟ ਨਹੀਂ ਗਾ। ਉੱਥੇ ਫਿਰ ਮੈਨੂੰ ਪਤਾ ਸੀ ਉਹ ਟਾਈਮ ਭਲਵਾਨ ਇੱਕ ਭਲਵਾਨ ਸੁਪਰ ਸਟਾਰ ਪਲੇਅਰ ਆ, ਇੱਕ ਪਲੇਅਰ ਮਤਲਬ ਕਹਿ ਲਓ ਵੀ ਜਿੱਤਣ ਲਈ ਖੇਡਦਾ ਉਹ। ਤੁਸੀਂ ਦੇਖਿਆ ਹੋਣਾ ਵੀ ਜਦੋਂ ਲੀਡਰ ਕਬੱਡੀ ਬਣ ਜਾਂਦਾ ਭਲਵਾਨ ਡੀ ਐਮ ਖੜ੍ਹ ਜਾਂਦਾ ਕੇ, ਹੈ ਨਾ, ਇੱਕ ਵਧੀਆ ਪਲੇਅਰ ਸੀਗਾ। ਅਤੇ ਮੈਂ ਇੱਕ ਪਲੇਅਰ ਸੀ, ਸਾਨੂੰ ਪਤਾ ਸੀ ਭਲਵਾਨ ਉਸ ਟਾਈਮ ਕਿੰਨਾ ਕਿੰਨੀ ਟੈਨਸ਼ਨ ਸੀਗਾ, ਹੈ ਨਾ, ਇਹਨੂੰ ਰਾਤ ਨੀਂਦ ਨਹੀਂ ਆਉਂਦੀ, ਇਹਨੂੰ ਲੋੜ ਸੀ ਸਪੋਰਟ ਦੀ। ਅਸੀਂ ਆਪਣੇ ਦੇ ਅਸੀਂ ਕਾਲੇ ਹੰਸ ਭਾਈ ਨੂੰ ਕਹਿ ਕੇ, ਹੈਗਾ ਭਾਅ ਜੀ ਪਲੇਅਰ ਸੁਪਰ ਸਟਾਰ ਆ, ਇਹਨੂੰ ਆਪਾਂ ਬਾਹਰ ਹੀ ਮਾਉਣਾ ਛੱਡਣਾ ਨੀਗਾ, ਕਿਉਂਕਿ ਟੋਰਾਂਟੋ ਬਾਹਰ ਕਨੇਡਾ ਹੈਗਾ ਉਹ ਜਿਹੜਾ ਨਾ ਪਲੇਅਰ ਉਹਨਾਂ ਸੱਦਿਆ ਵਰਕ ਪਾਉਂਦੇ, ਉਹਨੂੰ ਹੈਵ ਟੂ ਖਵਾਉਣਾ ਪੈਂਦਾ, ਬਾਕੀ ਉਹ ਪਲੇਅਰ ਚੇਂਜ ਕਰ ਸਕਦੇ ਆ। ਉੱਥੇ ਲੁੱਧਰ ਨੇ ਮੈਨੂੰ ਕਿਹਾ ਕਈ ਗੱਲ, ਕਹਿੰਦਾ ਬਾਈ ਚੱਲ ਕੋਈ ਨਹੀਂ, ਇਹ ਇੱਦਾਂ ਆ ਗਿਆ ਵੀ ਆਪਾਂ ਇਹਨੂੰ ਬਾਹਰ ਨਹੀਂ ਭੇਜਤੀ ਆ। ਮੈਨੂੰ ਭਲਵਾਨ ਨੇ ਵੀ ਖੁਦ ਕਿਹਾ, ਕਹਿੰਦਾ ਭਾਅ ਜੀ ਮੇਰੀ ਗਲਤੀ ਆ, ਹੈ ਨਾ, ਮੈਨੂੰ ਖੇਡਣਾ ਨਹੀਂ ਚਾਹੀਦਾ, ਠੀਕ ਆ। ਚਲੋ ਅਸੀਂ ਕਾਲੇ ਭਾਈ ਨੂੰ ਬਣਾਇਆ, ਭਾਅ ਜੀ ਵੀ ਬੰਦਾ ਸੁਪਰ ਸਟਾਰ ਆ, ਜੇ ਇਹ ਬੰਦਾ ਬਾਹਰ ਭਾਰਤਾ ਇਹ ਬੰਦੇ ਦੀ ਕਬੱਡੀ, ਇਹਦਾ ਹੌਂਸਲਾ ਟੁੱਟ ਜਾਣਾ, ਠੀਕ ਆ, ਇਹਨੂੰ ਉੱਪਰ ਆਉਣਾ ਬਹੁਤ ਔਖਾ ਹੋ ਜਾਣਾ, ਠੀਕ ਆ। ਇੱਕ ਦੋ ਦਾ ਟੈਨਸ਼ਨ ਦੀ ਸੱਟ ਲੱਗੀ ਸੀ, ਨਹੀਂ ਬੰਦੇ ਹੁੰਦਾ ਆ ਵੀ ਮੇਰੇ ਸੱਟ ਨੇ ਬੰਜਾ ਫਿਰ ਪਾ ਰਿਹਾ, ਇੱਕ ਇਹਨੂੰ ਬਾਹਰ ਭਾਰਤਾ ਵੀ ਨਹੀਂ ਸੁਪਰ ਸਟਾਰ ਪਲੇਅਰ ਆ, ਚਲੋ ਕੋਈ ਨਹੀਂ ਅਸੀਂ ਆਪੇ ਇਹਨੂੰ ਕਵਰ ਕਰਾਂਗੇ, ਸਾਡੀ ਗੱਲ ਹੋਈ। ਅਤੇ ਕਲੱਬਾਂ ਨੇ ਕਹਿਤਾ ਨਹੀਂ ਵੀ, ਚਲੋ ਕਾਲੇ ਭਾਈ ਨੇ ਫਿਰ ਕਲੱਬਾਂ ਨਾਲ ਗੱਲ ਕੀਤੀ, ਨਹੀਂ ਤੁਸੀਂ ਮੇਰੇ ਕਰਕੇ ਮੇਰੀ ਜੁੰਮ ਮਰੇ ਆਪਾਂ ਨੂੰ ਖੜਾਉਣਾ ਛੱਡਣਾ ਨਹੀਂ, ਮੈਂ ਨਾ ਗੱਲ ਕੀਤੀ ਆ। ਅਤੇ ਚਲੋ ਖੜਾਇਆ ਭਲਵਾਨ ਨੂੰ ਨਾ, ਵੀ ਜਿੰਦਾ ਸੀਗਾ ਜਿੰਨ ਚੁੱਕਾ ਸੀਗਾ ਭਲਵਾਨ ਨੇ ਜ਼ੋਰ ਮਾਰਿਆ, ਪਰ ਨਹੀਂ ਜਦੋਂ ਬੰਦਾ ਨਹੀਂ ਫਿੱਟ ਨਹੀਂ ਗੋਡਾ ਸਾਥ ਰਿਹਾ ਤਾਂ ਬੰਦੇ ਦਾ ਬਸ ਨਹੀਂ ਚੱਲਦਾ, ਠੀਕ ਹੈ। ਅਤੇ ਭਲਵਾਨ ਨੇ ਟਰਾਈ ਬਹੁਤ ਕੋਸ਼ਿਸ਼ ਕੀਤੀ ਪਰ ਨਹੀਂ। ਫਿਰ ਗੱਲ ਆ ਗਈ ਪੈਸਿਆਂ ਦੀ, ਗੱਲ ਆ ਗਈ ਪੈਸਿਆਂ ਦੀ ਵੀ ਕਲੱਬ ਵਾਲਿਆਂ ਨੇ ਕਿਹਾ ਤਾਂ ਇੰਨੇ ਪੈਸੇ ਦੇਣੇ ਸੀ, ਹੋਰ ਪੈਸੇ ਦੇਣਾ।
ਅਤੇ ਕਾਲੇ ਭਾਈ ਨੇ ਮੇਰੇ ਨਾਲ ਗੱਲ ਕੀਤੀ, ਹੈ ਨਾ, ਲੁਧਿਆਣਾ ਵੀ ਕੀਤੀ। ਗੱਲ ਇਹ ਮੋਗੀ ਵੀ ਜੋ ਸੰਦੀਪ ਕਹਿ ਦੂਗਾ ਉਹ ਹੋਏ ਨਾ, ਭਲਵਾਨ ਨੇ ਕਿਹਾ ਜੋ ਭਾਜੀ ਕਹਿ ਦੂ, ਉਸਤਾਦ ਕਹਿ ਦੂਗਾ, ਮੈਨੂੰ ਮਨਜ਼ੂਰ ਆ। ਅਤੇ ਫਿਰ ਗੁਰਿੰਦਰ ਭਲਵਾਨ ਨੇ ਲੁਧਿਆਣਾ ਨੂੰ ਕਿਹਾ ਵੀ ਉਸਤਾਦ ਭਾਜੀ ਨੂੰ ਕਹਿ ਦੀ ਮਾੜਾ ਜਿਹਾ ਵੀ ਮੈਂ ਓਪਰੇਸ਼ਨ ਕਰਾਉਣਾ ਆ, ਅਤੇ ਮੈਨੂੰ ਨਾ ਥੋੜ੍ਹਾ ਕਹਿ ਦੀ ਕਲੱਬ ਵਾਲਿਆਂ ਨੂੰ। ਚਲੋ ਮੈਂ ਇੱਕ ਪਲੇਅਰ ਸੀਗਾ, ਜੇ ਮੇਰੇ 'ਤੇ ਗੱਲ ਸੁੱਟਤੀ, ਆਪਾਂ ਪਲੇਅਰ ਦੀ ਸੋਚਣੀ, ਇਹ ਵੀ ਕਲੱਬ ਵਾਲਿਆਂ ਨੂੰ ਬੜਾ ਹੋਵੇ ਨਾ। ਅਤੇ ਮੈਂ ਉਦੋਂ ਕਹਿਤਾ ਵੀ ਡਾਲਰ ਭਾਜੀ ਦੇ ਦਿਓ 10,000 ਇਹਨੂੰ, ਵੀ ਜੋ ਜਾਇਜ਼ ਬਣਦਾ, ਮੈਂ ਭਲਵਾਨ ਤੇਰਾ ਇੰਨਾ ਮੰਨਦਾ, ਠੀਕ ਆ। ਭਲਵਾਨ ਪੂਰਾ ਖੁਸ਼ ਹੋਇਆ, ਹਾਂ ਮੈਂ ਠੀਕ, ਨਹੀਂ ਇੱਕ ਸੀਗੀ ਮੇਰੇ ਤੋਂ ਮੈਨੂੰ ਪੈਸੇ ਨਹੀਂ ਮਿਲਣੇ, ਭਲਵਾਨ ਪੂਰਾ ਖੁਸ਼ ਹੋਇਆ, ਕਹਿੰਦਾ ਭਾਜੀ ਮੈਂ ਖੁਸ਼ ਹਾਂ। ਕਾਲੇ ਭਾਜੀ ਨੇ ਕੋਲੋਂ ਪੈਸੇ ਪਾ ਕੇ 8,000 ਦਿੱਤਾ ਕਲੱਬ ਕੋਲਿਆ, 2,000 ਡਾਲਰ ਦਿੱਤਾ ਕੋਲੋਂ, ਇਹਨੂੰ 10,000 ਡਾਲਰ ਦਿੱਤਾ ਉਸ, ਜਿਹੜੀ ਮੇਰੇ ਸਾਹਮਣੇ ਗੱਲ ਜੋ ਮੈਂ ਵਿੱਚ ਅਨਮੋਲ ਹੋਇਆ, ਠੀਕ ਆ। 10,000 ਡਾਲਰ ਦੇ ਕੇ ਮੈਂ ਭਲਵਾਨ ਖੁਸ਼ ਹਾਂ, ਕਹਿੰਦਾ ਭਾਜੀ ਖੁਸ਼ ਹਾਂ ਮੈਂ, ਠੀਕ ਆ। ਹੁਣ ਮੈਨੂੰ ਨਹੀਂ ਪਤਾ ਵੀ 2 ਸਾਲ ਬਾਅਦ ਭਲਵਾਨ ਨੂੰ ਕੀ ਮਨ 'ਚ ਜਾਂ ਕੀ ਚੱਕਰ ਪਿਆ, ਕਾਹਦੋਂ ਆ ਹੁਣ ਵੀ ਦੁਬਾਰਾ ਪੋਸਟ ਪਾਈ, ਇਹ ਮੇਰੀ ਸਮਝ ਤੋਂ ਬਾਹਰ ਆ। ਹਾਂ ਉੱਥੇ ਮੈਂ ਇਹ ਕਹਿੰਦਾ, ਹੁਣ ਭਲਵਾਨ ਮੈਂ ਕੱਲ੍ਹ ਸੁਣਦਾ ਇੰਟਰਵਿਊ, ਭਲਵਾਨ ਕਹਿੰਦੇ ਵੀ ਮੇਰੇ 4th ਮੈਚ ਤੋਂ ਬਾਅਦ ਸੱਟ ਲੱਗੀ ਮੇਰੇ, ਇਹ ਸਾਰਿਆਂ ਨੂੰ ਪਤਾ ਹੈ ਨਾ, ਜੋ ਗੱਲ ਸੱਚ ਸੱਚ ਆ ਵੀ ਭਲਵਾਨ ਦੀ ਸੱਟ ਸੀਗੀ ਪਹਿਲਾਂ। ਲੁੱਧਰ ਉੱਥੇ ਸੀਗਾ, ਜੱਗਾ ਚਿੱਟੀ ਦਾ ਉੱਥੇ ਸੀਗਾ, ਲੈ ਇਹ ਦੋ ਬੰਦੇ ਕਹਿ ਦੇਣ ਵੀ ਭਲਵਾਨ ਦੇ ਸੱਟ ਪਹਿਲਾਂ ਨਹੀਂ ਸੀ ਲੱਗੀ, ਇਹਦੇ ਲੱਗੀ ਮੈਚ, ਮੈਂ ਲੈਣਾ ਗਰੰਟੀ, ਮੈਂ ਪੈਸੇ ਭਲਵਾਨ ਨੂੰ ਦਊਂਗਾ 19,000 ਕੀ, ਮੈਂ 20,000 ਦਊਂਗਾ, ਜੇ 9 ਮੈਂ 10,000 ਲੈ ਦਊਂਗਾ, ਜੇ ਬੰਦੇ ਕਹਿ ਦੇਣ ਵੀ ਭਲਵਾਨ ਦੇ ਸੱਟ ਨਹੀਂ ਸੀ ਲੱਗੀ ਪਹਿਲਾਂ, ਇਹਦੇ ਉੱਧਰ ਲੱਗੀ ਮੈਚ 'ਤੇ, ਠੀਕ ਹੈ ਜੀ। ਇੱਕ ਇਹ ਤਾਂ ਮੈਨੂੰ ਲਾਈਵ ਹੋਣਾ ਪਿਆ ਵੀ ਇੱਕ ਤਾਂ ਆਪਾਂ ਭਲਵਾਨ ਦੀ ਸਪੋਰਟ ਕੀਤੀ, ਹੈ ਨਾ, ਉਹਨੂੰ ਹੌਸਲਾ ਦਿੱਤਾ, ਨਾਲ ਖੜਾਇਆ, ਉਹਨੂੰ ਬਾਹਰ ਹੀ ਬਹਿਣ ਦਿੱਤਾ, ਠੀਕ ਆ। ਪਰ ਠੀਕ ਆ, ਜਿੱਥੇ ਕੋਈ ਗਲਤ ਕਲੱਬ ਵਾਲਾ ਗਲਤ ਹੈਗਾ, ਠੀਕ ਆ, ਮੈਂ ਮੰਨਦਾ, ਪਰ ਜਿੱਥੇ ਵਿੱਚ ਮੈਂ ਸੀਗਾ, ਮੈਂ ਉਹਨੂੰ ਭਲਵਾਨ ਕਿਹਾ, ਭਲਵਾਨ ਜਿੱਥੇ ਵਿੱਚ ਮੈਂ ਆ, ਮੇਰੀ ਗੱਲ ਹੋਈ ਆ, ਮੈਂ ਤੂੰ ਮੁੱਕ ਨਹੀਂ ਸਕਦਾ, ਠੀਕ ਆ, ਮੈਨੂੰ ਸੱਚ ਬੋਲਣਾ ਪੈਣਾ, ਚਾਹੇ ਉਹ ਕਿਸੇ ਕਲੱਬ ਖਿਲਾਫ ਆ, ਕਿਸੇ ਪਲੇਅਰ ਦੇ ਖਿਲਾਫ ਆ, ਠੀਕ ਆ। ਉੱਦਣ ਭਲਵਾਨ ਮੈਨੂੰ ਕਹਿ ਰਹੇ, ਭਲਵਾਨ ਭਾਜੀ ਤੇਰਾ ਥੈਂਕ ਯੂ, ਤੂੰ ਮੇਰੀ ਸਪੋਰਟ ਕੀਤੀ, ਮੇਰੇ ਨਾਲ ਖੜਾ ਹੋਇਆ, ਉੱਥੇ ਵੀ ਗੱਲ ਕਹੀ, ਭਾਜੀ ਤੇਰਾ ਥੈਂਕ ਯੂ, ਤੂੰ ਮੇਰੇ ਨਾਲ ਖੜਾ ਹੋਇਆ, ਤੁਸੀਂ ਸਟੈਂਡ ਲਿਆ ਮੇਰੇ ਨਾਲ, ਮੈਂ ਭਲਵਾਨ ਮੈਂ ਪਲੇਅਰ ਆ, ਮੇਰਾ ਇੰਨਾ ਫਰਜ਼ ਬਣਦਾ ਸੀਗਾ, ਠੀਕ ਆ, ਵੀ ਤੂੰ ਸੁਪਰ ਸਟਾਰ, ਚੱਲ ਠੀਕ ਆ, ਤੂੰ ਗਲਤੀ ਕਰ ਲਈ, ਕੋਈ ਗੱਲ ਨਹੀਂ, ਫਿਰ ਕੀ ਆ, ਸਾਡੇ ਤਾਂ ਕੱਲ੍ਹ ਟਾਈਮ ਮਾੜਾ ਆਉਣਾ ਆ, ਇਹ ਤਾਂ ਸਕਦਾ, ਪਰ ਸਾਡਾ ਫਰਜ਼ ਬਣਦਾ ਸੀ ਤੇਰੀ ਸਪੋਰਟ ਕਰਨਾ, ਅਸੀਂ ਕੀਤੀ ਵੀ ਆ। ਦੂਜੀ ਗੱਲ ਕਾਲੇ ਹੰਸ ਦਾ, ਠੀਕ ਆ, ਮੈਂ ਕਬੱਡੀ ਖੇਡਦਾ, ਅੱਜ ਖੇਡਦਾ ਮੈਟਰੋ 'ਚ, ਕੱਲ੍ਹ ਨੂੰ ਪਤਾ ਹੀ ਮੈਂ ਕਿਹ 'ਚ ਖੇਡਣਾ, ਪਲੇਅਰ ਇੱਕ ਪੈਸੇ ਲੈਣੇ ਖੇਡਣਾ। ਪਰ ਆਪਾਂ ਉਹ ਬੰਦੇ ਦਾ ਭਲਵਾਨ ਨੂੰ ਵੀ ਪਤਾ ਹੈ ਨਾ, ਉਹ ਬੰਦੇ ਦੇ ਕੋਲੋਂ ਪੈਸੇ ਦਿੱਤੇ, ਪੈਸੇ ਦੇ ਕੇ ਬਾਅਦ 'ਚ ਫਿਰ ਕੀ ਖੱਟ ਰਿਹਾ ਬਦਨਾਮੀ। ਫਿਰ ਹੁਣ ਮੈਨੂੰ ਫੋਨ ਕਰ ਗਿਆ ਵੀ ਸੰਦੀਪ, ਅਸੀਂ ਉਹਨੂੰ ਬਾਹਰ ਪਾਇਆ ਸੀ, ਤੇਰੇ ਕੇ ਖੜਾਇਆ, ਸਾਨੂੰ ਹੁਣ ਕੀ ਆਹ ਨਾਮ ਦੇ ਰਿਹਾ, ਠੀਕ ਹੈ। ਮੈਨੂੰ ਜੇ ਉਹ ਮੈਂ ਨਾ ਬੋਲਦਾ, ਇੱਕ ਮੈਂ ਕਹੂੰਗਾ ਵੀ ਜਿਹੜੇ ਸੱਚੇ ਬੰਦੇ ਆ, ਕਬੱਡੀ ਨੂੰ ਪਿਆਰ ਕਰਦੇ ਨਾ, ਉਹ ਕਬੱਡੀ 'ਚੋਂ ਸਾਰੇ ਦੂਰ ਹੋ ਜਾਂਦੇ। ਅਤੇ ਚਲੋ ਮੇਰਾ ਵੀਰ ਭਲਵਾਨ ਨਾਲ ਬਹੁਤ ਪਿਆਰ ਆ, ਵਧੀਆ ਰਿਸਪੈਕਟ ਕਰਦੀ, ਆਪਾਂ ਵੀ ਕਰਦੇ ਹਾਂ, ਚਲੋ ਗਾਹ ਭਲਵਾਨ ਦਾ, ਉਹ ਭਲਵਾਨ ਦੀ ਮਾਇੰਡ ਆ, ਮਰਜ਼ੀ, ਉਹਨੇ ਮੇਰੇ ਨਾਲ ਗੁੱਸਾ ਕਰਨਾ ਜਾਂ ਕੀ ਕਰਨਾ, ਪਰ ਜੋ ਸੱਚ ਸੀਗਾ ਉਹ ਮੈਂ ਦੱਸਦਾ, ਵੀ ਸੱਚ ਇਹ ਸੀਗਾ ਵੀ ਕਲੱਬ ਵਾਲੇ ਪਹਿਲੇ ਮੈਚ ਤੋਂ ਬਾਅਦ ਬਹੁਤ ਨੂੰ ਤਿਆਰ ਸੀ। ਹੁਣ ਮੈਨੂੰ ਸਮਝ ਨਹੀਂ ਆਉਂਦੀ ਭਲਵਾਨ ਨੇ ਇੰਨੇ ਟਾਈਮ ਬਾਅਦ, 2 ਸਾਲ ਬਾਅਦ ਕਾਹਤੋਂ ਹੁਣ ਪੋਸਟ ਪਾ ਕਹਿ ਰਿਹਾ ਮੇਰਾ 9,000 ਡਾਲਰ ਰਹਿੰਦਾ, ਠੀਕ ਆ। ਪਹਿਲਾਂ ਭਲਵਾਨ ਦੀ ਗੱਲ ਸੀਗੀ, ਕਾਲੇ ਹੰਸ ਨਾਲ ਕੀਤੀ ਸੀ, ਮੈਂ ਵਿੱਚ ਨਹੀਂ ਸਦੋਂ ਪੈਸੇ ਦੀ ਗੱਲ ਕੀਤੀ,
ਪਰ ਜਦੋਂ ਵਿੱਚ ਚੱਲ ਰਿਹਾ ਸੀ ਆ, ਜਦੋਂ ਇਹ ਚੱਕਰ ਪਿਆ, ਠੀਕ ਆ, ਉਦੋਂ ਗੱਲ ਸਾਰੀ ਨਿਬੜ ਗਈ ਸੀ, ਕੋਲੋਂ ਪੈਸੇ ਦੇ ਕੇ ਤੋਰਿਆ। ਚਲੋ ਮੈਂ ਹੁਣ ਵੀ ਕਹਿੰਦਾ ਹਾਂ, ਜੇ ਭਲਵਾਨ ਕਹਿ ਰਹੇ ਨੇ, ਚੌਥੇ ਮੈਚ ਤੋਂ ਬਾਅਦ ਸੱਟ ਲੱਗੀ ਮੇਰੇ, ਉੱਥੇ ਲੁੱਧਰ ਸੀਗਾ, ਜੱਗਾ ਚਿੱਟੀਆਂ ਖੇਡੇ ਨਾਲ ਪਲੇਅਰ, ਵਧੀਆ ਸਿਆਣੇ ਪਲੇਅਰ ਆ, ਉਹ ਕਹਿ ਦਿੰਦੇ ਵੀ ਇਹਦੇ ਸੱਟ ਨਹੀਂ ਪਹਿਲਾਂ ਲੱਗੀ, ਆਪਾਂ ਪੈਸੇ ਦਿਓ, ਮੈਂ ਦਊਂ ਪੈਸੇ ਭਲਵਾਨ ਪੂਰੇ, ਠੀਕ ਆ ਜੀ। ਹੁਣ ਸਾਡੇ ਲੱਖਾਂ ਸਰਾਂ ਵਾਲਾ ਖੇਡਿਆ ਮੈਟਰੋ ਕਲੱਬ ਵਾਲੀ, ਜਦੋਂ ਪਹਿਲੇ ਸਾਹਿਬ ਮੁੰਡਾ ਆਉਂਦਾ ਉਹਦੀ ਟਿਕਟ 'ਤੇ ਲੱਖ ਰੁਪਈਆ ਹੁੰਦਾ, ਲੱਖ ਰੁਪਈਆ ਦਿੰਦੇ ਆ, ਠੀਕ ਆ। ਉਹ ਬੰਦੇ ਨੇ ਆਪਣੀ ਪਰਫੋਰਮੈਂਸ ਵਧੀਆ ਦਿੱਤੀ ਆ, ਉਹਨੂੰ 2.5 ਲੱਖ ਦੇ ਕੇ ਤੋਰਿਆ, 2.5 ਲੱਖ ਦਿੱਤਾ। ਹੁਣ ਉਹਨੇ ਕਰਾਇਆ ਕੰਨਾਂ ਦਾ ਓਪਰੇਸ਼ਨ, ਅਤੇ ਕਾਲੇ ਹੰਸ ਮੈਟਰੋ ਵਾਲੇ ਨੇ ਬਿਨਾਂ ਕਹੇ ਤੋਂ, ਬਿਨਾਂ ਕਿਹਾ ਵੀ ਉਹਨੂੰ 50 ਰੁਪਈਏ ਦੇਣਾ ਆਪਾਂ ਉਹਦਾ ਓਪਰੇਸ਼ਨ ਦਾ, ਵੀ ਉਹ ਬੰਦਾ ਚਲੋ ਸਾਨੂੰ ਉਹਦੇ ਭਾਅ ਜੀ ਨੂੰ ਪਤਾ ਘਰੋਂ ਬੰਦਾ ਨਹੀਂ ਸਰਦਾ ਇੰਨਾ, ਉਹਨੂੰ 50 ਰੁਪਈਆ ਕੋਲੋਂ ਦਿੱਤਾ, ਠੀਕ ਹੈ ਜੀ। ਬਾਕੀ ਯਾਦ ਕੋਟਲੀ ਵਾਲਾ ਹੈ ਨਾ, ਉਹ ਖੇਡਿਆ 60 ਲੱਗੀ ਸੀ, ਉਹ ਬੰਦਾ 2 ਮੈਚ ਬਾਹਰ ਬੈਠਾ ਰਿਹਾ, 1-2 ਦਿਨ, ਉਹ ਵੀ ਕਾਲੇ ਹੰਸ ਜਿੰਨੀ ਮੇਰੀ ਉਹਨਾਂ ਗੱਲ ਹੋਈ ਸੀ, ਕਾਲੇ ਹੰਸ ਭਾਈ, ਕਾਲੇ ਹੰਸ ਨੇ ਕੋਲੋਂ ਪੈਸੇ ਦੇ ਕੇ ਬੰਦੇ ਦੇ ਪੈਸੇ ਦੇ, ਹਾਂ ਵੀ ਤੇਰੀ ਸੰਦੀਪ ਨੂੰ ਗੱਲ ਸੀ ਪੈਸੇ ਦੇ ਦਿੱਤੇ। ਅਤੇ ਦੂਜੀ ਗੱਲ, ਹੁਣ ਇਹ ਕਬੱਡੀ ਦੇ ਪਲੇਅਰ ਆ ਨਵੇਂ ਮੁੰਡੇ ਹੈ ਨਾ, ਮੈਂ ਇੱਥੇ ਇੱਕ ਹੋਰ ਗੱਲ ਕਲੀਅਰ ਕਰਨੀ ਆ, ਆਪਣੇ ਜਿਹੜੇ ਕਬੱਡੀ ਦੇ ਪਲੇਅਰ ਆ, ਆਪਾਂ ਕੀ ਸੋਚਦੇ ਹਾਂ, ਆਪਾਂ ਆਪਣੇ ਵੀ ਜਿੰਨੇ ਪੈਸਿਆਂ ਦੀ ਗੱਲ ਹੋ ਗਈ, ਆਪਣੇ ਪੈਸੇ ਪੱਕੇ ਆ, ਨਹੀਂ ਆਪਾਂ ਬੰਦਾ ਲਿਆਉਣੇ ਦਿਹਾੜੀ 'ਤੇ, ਆਪਾਂ ਕੋਲ ਕਈ ਹੁੰਦੇ ਕੰਮ ਕਰਾਉਂਦੇ ਹਾਂ, ਆਪਾਂ ਨੂੰ ਕੰਮ ਦੱਸ ਕੇ ਜਾਂਦੇ ਹਾਂ, ਜੇ ਉਹ ਕੰਮ ਨਹੀਂ ਕਰਦਾ ਕਹਿੰਦਾ ਤੂੰ ਕੰਮ ਨਹੀਂ ਕੀਤਾ, ਕੰਮ ਕਰੋ, ਫਿਰ ਦੇਣ ਦਿਹਾੜੀ ਆਪਾਂ, ਆਪਾਂ ਕੰਮ ਕਰਨ ਦੇ ਉਹਨੂੰ ਪੈਸੇ ਦਿੰਦੇ ਹਾਂ। ਅਤੇ ਕਬੱਡੀ ਵੀ ਹੁਣ ਤੋਂ ਜਦੋਂ ਮੈਨੂੰ ਹੋ ਗਏ 20-19-20 ਸਾਲ, ਮੈਂ ਉਦੋਂ ਤੋਂ ਹੁਣ ਤੱਕ ਵੀ ਜਿਹੜਾ ਬੰਦਾ ਪਰਫੋਰਮੈਂਸ ਕਰਦਾ ਉਹਨੂੰ ਉਸ ਸਮੇਂ ਪੈਸੇ ਦਿੰਦੇ ਆ, ਮਿਲਦੇ ਆ, ਠੀਕ ਹੈ ਜੀ। ਕੋਈ ਵਧੀਆ ਪਲੇਅਰ ਖੇਡਦਾ ਉਹਦਾ ਕਲੱਬ ਕੋਈ ਹੱਕ ਨਹੀਂ ਰੱਖਦੀ, ਹਾਂ ਰੱਖਦੀ ਹੈ, ਕੋਈ ਜਾਣ ਬੁੱਝ ਕੇ ਹੈਗੇ ਕਲੱਬਾਂ, ਇਹ ਸਾਰੇ ਨਹੀਂ ਵਧੀਆ, ਵਿੱਚ ਕਈ ਬੰਦੇ ਮਾੜੇ ਹੁੰਦੇ ਆ, ਪਲੇਅਰ ਵਧੀਆ ਖੇਡਦਾ ਆ ਵਧੀਆ, ਉਹਨੂੰ ਉਹ ਵੀ ਉਹ 'ਚੋਂ ਪੈਸੇ ਕੱਟ ਲੈਂਦੇ ਆ, ਪਰ ਜ਼ਿਆਦਾਤਰ ਜਿਹੜਾ ਪਲੇਅਰ ਆਪਣੀ ਪਰਫੋਰਮੈਂਸ ਦਿੰਦਾ ਆ, ਉਹਦਾ ਕੋਈ ਕਲੱਬ ਹੱਕ ਨਹੀਂ ਮਾਰਦਾ, ਇਹ 'ਚ ਸਾਰੇ ਕਲੱਬਾਂ ਦੀ ਗਲਤ ਨਹੀਂ, ਆਪਣੀ ਗਲਤੀ ਪਲੇਅਰ ਦੀ ਹੁੰਦੀ ਆ, ਪਲੇਅਰਾਂ ਦਾ ਕੀ ਆ ਵੀ ਸਾਡੀ ਪੈਸੇ ਦੀ ਗੱਲ ਹੋ ਗਈ ਆ, ਸਾਡੇ ਪੈਸੇ ਪੱਕੇ ਆ, ਨਹੀਂ ਆਪਾਂ ਨੂੰ ਉੱਥੇ ਪਰਫੋਰਮੈਂਸ ਜੱਫੇ ਲਾਉਣੇ ਪੈਣੇ ਆ, ਰੇਡਾਂ ਪਾਉਣੀਆਂ ਪੈਣੀਆਂ, ਫਿਰ ਆਪਣੇ ਪੈਸੇ ਪੱਕੇ ਆ। ਹੁਣ ਲੁੱਧਰ ਸੁਲਤਾਨ ਐਸਟਾ ਸੁਪਰ ਸਟਾਰ ਪਲੇਅਰ ਆ, ਉਹਦੀ ਮੈਂ ਗੱਲ ਕਰਦਾ, ਉਹਨਾਂ ਦਾ ਕਦੇ ਰੌਲਾ ਪਿਆ ਨਹੀਂ ਪੈਸਿਆਂ ਦਾ, ਹੈ ਨਾ, ਕਦੋਂ ਨਹੀਂ ਪਿਆ। ਹੁਣ ਲੁੱਧਰ ਆ, ਲੁੱਧਰ ਕਿੰਨੇ ਪੈਸੇ ਲੈਣੇ ਆ, ਅਸੀਂ ਇੰਨੇ ਆ, ਉਹਨਾਂ ਪਹਿਲਾਂ ਇੰਨੇ ਪੈਸੇ ਲੈਣੇ ਆ, ਲੁੱਧਰ ਜੀ ਤੁਹਾਨੂੰ ਅੱਧਾ ਜੱਫਾ ਮਾਫ ਨਹੀਂ ਹੋਣਾ ਮੈਚ 'ਚ, ਵੀ ਉਸ ਦੱਸ ਮੈਨੂੰ ਜਿਸ ਤਰ੍ਹਾਂ ਤੈਨੂੰ ਜੱਫੇ 1-2 ਲੱਗਣ ਤਾਂ ਕਲੱਬ ਵਾਲੇ ਨੂੰ ਦੁਖਾਉਣਾ ਉਹ, ਕਿਉਂਕਿ ਹਰ ਇੱਕ ਕਲੱਬ ਵਾਲਾ ਚਾਹੁੰਦਾ, ਜੋ ਨਵਾਂ ਮੁੰਡਾ ਹੁੰਦਾ ਨਾ, ਨਵਾਂ ਮੁੰਡਾ 1 ਲੱਖ ਰੁਪਏ 'ਤੇ, ਉਹ ਤੋਂ ਵੀ ਕਲੱਬ ਵਾਲੇ ਕੋਠਿਆਂ 'ਚ ਚਾਹੁੰਦੇ ਆ ਵੀ 1 ਜੱਫਾ ਪਾਵੇ, ਇਹ ਵੀ ਫਿਰ 2 ਪਾਵੇ ਜਾਂ ਰੇਡਾ ਪਾਵੇ, ਜੇ ਨਵਾਂ ਮੁੰਡਾ ਹੁੰਦਾ ਨਾ 1 ਲੱਖ ਰੁਪਏ ਵਾਲਾ, ਉਹ ਤੋਂ ਵੀ ਕਲੱਬ ਵਾਲੇ ਚਾਹੁੰਦੇ ਆ ਵੀ ਜੱਫਾ 1 ਹੀ ਲਾਵੇ, ਚਾਹੇ 1 ਲੱਖ ਰੁਪਏ 1 ਜੱਫਾ ਲਾਵੇ, ਚਾਹੁੰਦੇ ਆ। ਕਬੱਡੀਆਂ ਕੀ ਆ, ਸਾਡੀ ਗੱਲ ਹੋ ਗਈ, ਸਾਡੇ ਪੈਸੇ ਪੱਕੇ ਆ, ਜਦੋਂ ਮੈਂ ਉੱਥੇ ਕਲੱਬ ਵਾਲੇ ਸੇਵਾ ਕਰਦੇ ਆ, ਜਦੋਂ ਕਬੱਡੀ ਪਾਉਣੀ ਜੱਫੇ ਲੈਣ, ਉਦੋਂ ਫਿਰ ਬਹਾਨੇ ਮਾਰ ਜਾਂਦੇ ਜਾਂ ਕਿੱਦਾਂ ਨਹੀਂ ਕਰਦੇ, ਬਾਅਦ 'ਚ ਪੈਸੇ ਮੰਗਦੇ ਫਿਰ ਰੌਲਾ ਪੈਂਦਾ। ਹੁਣ ਮੈਂ ਖੇਡਦਾ ਮੈਨੂੰ ਕਲੱਬ 'ਚ, ਆਪਣੀ ਗੱਲ ਦੱਸਣ ਲੱਗਾ, ਮੈਨੂੰ ਹੋ ਗਿਆ 14-15 ਸਾਲ ਹੋ ਗਿਆ, ਟੀਮ ਮੈਂ ਬਣਾਉਣਾ, ਮੈਂ ਪਲੇਅਰ ਲੈ ਜਾਂਦਾ, ਠੀਕ ਆ। ਮੈਂ ਇਹ ਕਿਹਾ ਹੋਇਆ ਪਲੇਅਰਾਂ ਨੂੰ ਵੀ ਜਿੱਦਣ ਵੈਨਕੂਵਰ ਨੇ ਪੈਸੇ ਨਾ ਘੱਟ ਦਿੱਤੇ, ਠੀਕ ਆ, ਦੱਸਣਾ। ਹੁਣ ਵੈਨਕੂਵਰ ਮੈਂ ਖੇਡਿਆ 2007-08 ਦੀ ਗੱਲ ਆ, ਮੈਂ 5 ਖੇਡਿਆ,
ਗੱਲ ਕਰ ਲਈ ਜਿੱਦਾਂ ਮੈਨੂੰ ਹੋਰ ਕਲੱਬਾਂ ਨਾਲ ਹੁੰਦੀ ਸੀ, ਮੈਂ ਵਧੀਆ ਖੇਡਿਆ, ਟੌਪ 'ਤੇ ਖੇਡਿਆ, ਜਿੰਨੇ ਮੈਨੂੰ ਹੋਰ ਕਲੱਬ 'ਚ ਪੈਸੇ ਮਿਲਦੇ ਸੀ ਤਿੰਨ ਗੁਣਾ ਮੈਨੂੰ ਦਿੱਤੇ, ਮੈਂ ਅਨੁਗੁਣਾ ਪੈਸੇ ਤਿੰਨ ਗੁਣਾ ਵੱਧ ਪੈਸੇ ਦਿੱਤੇ। ਫਿਰ ਆ ਗਿਆ ਸੀਜ਼ਨ 7-8 ਦਾ ਆ ਗਿਆ, ਤੁਹਾਨੂੰ ਪਤਾ ਹਰ ਹਰ ਗੇਮ 'ਚ ਪਲੇਅਰ ਜਾਂਦਾ ਡਾਊਨ ਹੁੰਦਾ ਕਦੇ ਉੱਪਰ ਥੱਲੇ। 8 'ਚ ਮੈਂ ਖੇਡਿਆ ਮਾੜਾ, ਠੀਕ ਆ, ਜਿੰਨੇ ਤਿੰਨ ਗੁਣਾ ਮੈਨੂੰ ਦਿੱਤੇ ਪੈਸੇ ਵੱਧ ਨਾ, ਜਦੋਂ ਮੈਚ ਮੁੱਕੇ ਅਤੇ ਮੇਰੇ ਹੱਥ 'ਤੇ ਪੈਸੇ ਰੱਖਤੇ ਉਹਨਾਂ, ਉਦੋਂ ਥੱਲੇ ਦੋ ਗੁਣਾ ਥੱਲੇ ਕਰਕੇ ਮੈਂ ਪੈਸੇ ਫੜੇ ਆਪਣੇ ਜੇਬ 'ਚ ਪਾਏ ਅਤੇ ਘਰ ਨੂੰ ਆ ਗਿਆ। ਮੈਂ ਉਹਨੂੰ ਪੈਸੇ ਕਿੱਦਾਂ ਮੰਗਦਾ ਵੀ, ਮੈਂ ਤਾਂ ਜੱਫਾ ਨਹੀਂ ਲਾਇਆ, ਮੈਂ ਤਾਂ ਪਰਫੋਰਮੈਂਸ ਕੀਤੀ ਨਹੀਂ। ਮੈਂ ਜੇ ਮੈਂ ਉਹ ਪੈਸੇ ਮੰਗਦਾ ਉੱਤੇ ਅੜਦਾ, ਮੈਂ ਸੀਗਾ ਹਾਂ ਵੀ ਮੈਨੂੰ ਜੋ ਜੇਤਾ ਸਹੀ ਆ, ਮੈਂ ਮਾੜਾ ਖੇਡਿਆ, ਮੈਂ ਜੱਫਾ ਨਹੀਂ ਲਾਇਆ, ਮੈਂ ਪੈਸੇ ਕਿੱਦਾਂ ਮੰਗਾ, ਮੈਂ ਆਪਣੀ ਮਿਹਨਤ ਕੀਤੀ ਨਹੀਂ ਵੀ ਮੈਂ ਗਾਂ ਤੜਾ ਖੜਨਾ, ਫਿਰ ਪੈਸੇ ਉਹੀ ਲੈਣੇ ਆ। ਹੁਣ ਪਿਛਲੇ ਸਾਲ ਦੀ ਗੱਲ ਵੈਨਕੂਵਰ ਦੀ ਆ, ਛੋਟਾ ਸੁਲਤਾਨ ਤੋਂ ਸਾਡੇ ਸਾਰੇ ਪੈਸੇ ਇਕੱਠ ਹੋਏ ਆ, ਮੇਰੇ ਇਕੱਠ ਹੋਏ ਆ, ਜਾਦ ਦੇ ਇਕੱਠ ਹੋਏ ਆ, ਕਮਲ ਦੇ ਇਕੱਠ ਹੋਏ ਆ, ਗੁਰਪ੍ਰੀਤ ਬੁਰਜ ਦੇ ਇਕੱਠ ਹੋਏ ਆ। ਜੇ ਅਸੀਂ ਸੁਪਰ ਸਟਾਰ ਹਾਂ, ਅਸੀਂ ਪੈਸੇ ਲੈਣੇ ਜ਼ਿਆਦੇ ਤਾਂ ਸਾਡੇ ਪੈਸੇ ਇਕੱਠ ਹੋਣੇ ਆ, ਜੇ ਪੈਸੇ ਖਰਚੇ ਨੂੰ ਕਾਫੀ ਵੀ ਮੰਗਦੇ ਆ, ਜੱਫੇ ਪਰਫੋਰਮ ਮੰਗਦੇ ਆ, ਸਾਨੂੰ ਆਪਣੇ ਜਿੰਨੇ ਪੈਸੇ ਲੈਣੇ ਉਸ ਤਰ੍ਹਾਂ ਆਪਣੀ ਸਾਡੇ ਤੋਂ ਅਕਸੈਪਟ ਕਰਦੇ, ਜੱਫੇ 4-5-3 ਜਿੰਨੇ ਪਾਉਣੇ ਆ ਸਾਨੂੰ ਪਾਉਣੇ ਪੈਣੇ ਆ, ਫਿਰ ਪੈਸੇ ਮਿਲਣੇ ਆ। ਹੁਣ ਪੈਸਾ ਠੀਕ ਆ, ਅਸੀਂ ਜੱਫੇ ਸਾਡੀ ਜਾਫ ਨਾਲ ਮਾੜੀ ਖੇਡੀ ਆ, ਸਾਡੇ ਪੈਸੇ ਇਕੱਠ ਹੋਏ ਆ ਅਤੇ ਕੱਢਣੇ ਮੰਨਦੇ ਵੀ ਆ। ਇਹ ਇਹ ਜਿਹੜਾ ਕਬੱਡੀ ਆ, ਇੱਕ ਕਬੱਡੀ ਦੇ ਹੋਰ ਆਪਣੇ ਪਲੇਅਰ ਦੀ ਕੀ ਪ੍ਰੋਬਲਮ ਆ, ਆਪਾਂ ਵਿੱਚ 2-3 ਬੰਦੇ ਪਾ ਲੈਂਦੇ ਹਾਂ, ਠੀਕ ਆ। ਹੁਣ ਮੈਂ ਕਰਦਾ ਗੱਲ ਕਲੱਬ ਵਾਲੇ ਨਾ, ਸਿੱਧੀ ਕਰਦਾ, ਪਲੇਅਰ ਮੇਰੇ ਨਾਲ ਹੁੰਦੀ ਆ, ਪਤਾ ਹੁੰਦਾ, ਮੈਂ ਸਾਰੀ ਗੱਲ ਅੰਡਰਸਟੈਂਡ ਹੁੰਦੀ ਆ। ਹਾਂ, ਜੇ ਕੱਲ੍ਹ ਨੂੰ 1 ਸਾਲ ਉੱਧਰ ਦਾ ਚੱਕਰ ਪੈ ਗਿਆ ਸੀ ਵੈਨਕੂਵਰ, ਹੈ ਨਾ, ਬੰਦਾ ਐਕਸਟਰਾ ਤਾਂ ਖੇਡਿਆ, ਜਦੋਂ ਪੈਸਿਆਂ ਦਾ ਕਹਿ ਗਏ ਪੈਸੇ ਬਾਈ ਇੰਨੇ ਲੈਣੇ ਆ, ਉੱਧਰ ਨੂੰ ਨਹੀਂ ਪਤਾ ਇੰਨੇ ਪੈਸੇ ਲੈਣੇ ਆ, ਉਹਨੇ ਲਏ ਪੈਸੇ, ਠੀਕ ਆ ਜੀ। ਕਲੱਬ ਵਾਲਿਆਂ ਨੂੰ ਦੱਸਣਾ ਪੈਂਦਾ, ਸਮਝਾਉਣਾ ਪੈਂਦਾ, ਜੇ ਬੰਦਾ ਮਾੜਾ ਖੇਡਿਆ ਕਿੱਦਾਂ ਖੇਡਿਆ। ਹੁਣ ਇੱਕ ਉਦਾਹਰਣ ਹੋਰ ਦਿੰਦਾ, ਮੈਟਰੋ ਖੇਡਿਆ ਸੰਜੀਤ ਦੋਦੇ ਵਾਲਾ, ਉਹਨੇ ਮੈਂ 1-2 ਬੰਦੇ ਵਿੱਚ ਪਾ ਕੇ ਗੱਲ ਕੀਤੀ ਸੀਗੀ, ਠੀਕ ਹੈ ਜੀ। ਚਲੋ ਮੈਂ ਉਹ ਨਾਲ ਖੇਡਿਆ ਉਦੋਂ, ਹੈ ਨਾ, ਮੇਰਾ ਵੀ ਫਰਜ਼ ਸੀਗਾ, ਜਦੋਂ ਜੇ ਮੇਰੇ ਤੋਂ ਕਿਸੇ ਨੇ ਗੱਲ ਕੀਤੀ ਮੇਰਾ ਫਰਜ਼ ਬਣਦਾ। ਉਹਦੇ ਜਿੱਦਾਂ ਵਿੱਚ ਬੰਦੇ ਪਾਈ, ਉਹ ਪੈਸੇ ਥੋੜ੍ਹੇ ਜਿਹੇ ਘੱਟ ਹੋ ਗਏ, ਪੈਸੇ ਦੇ ਦਿੱਤੇ ਨਾ, ਥੋੜ੍ਹੇ ਪੈਸੇ ਲੱਗੇ ਉਹਦੇ ਮੈਟਰੋ ਕਲੱਬ ਵੱਲ। ਜਦੋਂ ਮੈਨੂੰ ਕਿਹਾ ਉਹਨਾਂ, ਹਾਂ ਵੀ ਇੱਦਾਂ ਪੈਸੇ ਹੈਗੇ ਆ, ਪੈਸੇ ਹੱਟ ਰਹਿੰਦੇ ਆ, ਮੈਂ ਕਿਹਾ ਕਲੱਬ ਵਾਲਿਆਂ ਨਾਲ ਕੀਤੀ, ਮੈਂ ਕਿਹਾ ਭਾਅ ਜੀ ਆਪਾਂ ਉਹਨਾਂ ਨੂੰ ਪੈਸੇ ਸੀਗੇ, ਹਾਂ ਵੀ ਕੀ ਚੱਕਰ ਇੱਦਾਂ ਇੱਦਾਂ ਪੈਸਿਆਂ ਦਾ, ਮੈਂ ਉਹਦੇ ਪੈਸੇ ਮੰਨਦੇ ਆ, ਕਹਿੰਦੇ ਕਿੰਨੇ ਰਹਿੰਦੇ ਆ, ਮੈਂ ਇੰਨੇ ਰਹਿੰਦੇ ਆ, ਕੀ ਕਰਨਾ, ਮੈਂ ਭਾਅ ਜੀ ਉਹ ਪੈਸੇ ਦੇਣੇ ਆ, ਉਹਨਾਂ ਦੂਜਿਆਂ ਨੂੰ ਪੈਸੇ ਦੇ ਦਿੱਤੇ ਉਹਨੂੰ। ਕਲੱਬ ਵਾਲਿਆਂ ਨੂੰ ਸਮਝਾਉਣਾ ਪੈਂਦਾ, ਭਾਅ ਜੀ ਆਪਾਂ ਉਹ ਬੰਦਾ ਲਿਆ ਸੀ, ਉਹਦੇ ਇੰਨੇ ਪੈਸੇ ਸੀ, ਉਹਨੇ ਇੱਦਾਂ ਦੀ ਪਰਫੋਰਮੈਂਸ ਕੀਤੀ ਆ, ਜਿੰਨੇ ਆਪਾਂ ਕਿਤੇ ਉਹਨੇ ਕੀਤੀ ਆ, ਉਹ ਸਹੀ ਕਰ ਗਿਆ ਆਪਣਾ, ਹੈ ਨਾ। ਕਈ ਵਾਰੀ ਕਲੱਬ ਵਾਲਿਆਂ ਨੂੰ ਸਮਝਾਉਣਾ ਪੈਂਦਾ, ਕਈ ਵਾਰੀ ਪਲੇਅਰ ਨੂੰ ਦੱਸਣਾ ਪੈਂਦਾ ਆ, ਪਲੇਅਰ ਨੂੰ ਸਮਝਾਉਣਾ ਪੈਂਦਾ ਆ ਵੀ ਆਪਣੇ ਪੈਸੇ ਘੱਟ ਹੋਏ, ਕਦੋਂ ਘੱਟ ਹੋਏ ਆ। ਪਰ ਇਹ ਗੱਲ ਹੈਗੀ ਆ, ਮੈਨੂੰ 19 ਸਾਲ ਹੋ ਗਏ ਆ ਹੁਣ ਤੱਕ, ਜਿਹੜਾ ਪਲੇਅਰ ਜੱਫੇ ਲਾਉਂਦਾ ਏਡਾ ਪਾਉਂਦਾ, ਪੈਸੇ ਉਹਨੂੰ ਉਸ ਨਾਲ ਮਿਲਦੇ ਆ। ਜੇ ਸੁਲਤਾਨ ਨੇ ਪੈਸੇ ਲੈਣੇ ਆ, ਮੂੰਹ ਲੁਧਰਨ ਲੈਣੇ ਆ, ਇਹਨਾਂ ਨੂੰ ਡੀਆਂ 'ਤੇ ਖੜ੍ਹ ਕੇ ਕਬੱਡੀ ਪਾਉਣੀ ਪੈਣੀ ਆ, ਠੀਕ ਹੈ ਜੀ। ਬਾਕੀ ਜਿਹੜੇ ਪੈਸੇ ਹੱਕਦੇ ਆ ਉਹ ਹੀ ਚੰਗੇ ਲੱਗਦੇ ਆ। ਹੁਣ ਸੁਲਤਾਨ ਸ਼ਮਸ਼ਪੁਰੀ ਦੀ ਅੱਜ ਤੋਂ 2-3 ਸਾਲ ਪਹਿਲਾਂ 16 'ਚ ਗੱਲ ਸੀਗੀ, ਜਦੋਂ ਅੱਖ ਦਾ ਆਪਰੇਸ਼ਨ ਹੋਇਆ, ਉਹਨਾਂ ਵੀ ਅੱਜ ਹੀ ਗੱਲ ਹੋ ਰਹੀ ਸੀਗੀ। ਉਹਨੇ 4 ਲੱਖ ਲਿਆ ਸੀ ਮੈਟਰੋ ਵਾਲੇ ਕੋਲ ਐਡਵਾਂਸ, ਅਤੇ 6 ਲੱਖ ਲਿਆ ਸੀ ਜੰਗਲ ਵਾਲਿਆਂ ਕੋਲ ਐਡਵਾਂਸ, ਐਨ ਮੌਕੇ ਦਾ ਕੇ
ਪਰਮਿਟ ਪੈ ਗਿਆ ਤਾਂ ਵੀਜ਼ਾ ਲੱਗ ਗਿਆ ਹੈ ਨਾ, ਉਹਦੀ ਅੱਖ 'ਚੋਂ ਪਾਣੀ ਨਿਕਲਿਆ, ਉਹਨੇ ਅੱਖ ਚੈੱਕ ਕਰਾਈ, ਡਾਕਟਰ ਨੂੰ ਦੱਸਤਾ ਓਪਰੇਸ਼ਨ, ਉਹਨੇ ਕਰਾਇਆ ਓਪਰੇਸ਼ਨ ਕਰਾਇਆ, ਕਰਾ ਕੇ ਤਾਂ 10-15 ਦਿਨ ਬਾਅਦ ਠੀਕ ਆ, ਵਧੀਆ ਹੋ ਗਿਆ ਹੈ ਨਾ। ਉਹ ਬੰਦਾ ਖੇਡਿਆ ਨਹੀਂ, ਇੱਕ ਮੈਚ ਖੇਡਿਆ ਉੱਥੇ ਉਹ ਵੈਨਕੂਵਰ, ਇੱਕੋ ਮੈਚ ਖੇਡਿਆ, ਖੇਡ ਕੇ ਉਹਨੂੰ ਜੱਫੇ ਲੱਗ ਗਏ। ਉਹ ਕਹਿੰਦਾ ਬਾਈ ਨਹੀਂ, ਮੇਰੇ ਕੋਲ ਆਪਣੀ ਪਰਫੋਰਮੈਂਸ ਨਹੀਂ ਦੇਣੀ, ਮੈਂ ਖੇਡਣ ਨਹੀਂ। ਜੇ ਉਹ ਬੰਦਾ ਉਹ ਚਾਹੁੰਦਾ, ਉਹ ਵੀ ਪਾ ਕੇ ਉੱਪਰ ਐਨਕਾਂ ਪਲਾਸਟਿਕ ਦੀਆਂ, ਉਹ ਟੋਰਾਂਟੋ 4 ਲੱਖ ਇਹ ਬੈਟਰਾਂ ਦਾ, ਉੱਥੇ ਖੇਡਦਾ ਮਾੜਾ ਮੋਟਾ ਆਪਣਾ ਟਾਈਮ ਪਾਸ ਕਰਦਾ, ਫਿਰ ਟਾਈਮ ਪਾਸ ਕਰਦਾ ਵੈਨਕੂਵਰ। ਪੈਸੇ ਉਹ ਆਏ ਸੀਗੇ, ਹਾਂ ਵੀ ਪਰਫੋਰਮੈਂਸ ਦਿੱਤੀ ਆ ਮੇਰਾ, ਇੱਦਾਂ ਸੀ ਮੈਂ ਐਵਰੇਜ ਦੇ ਗਿਆ ਆਪਣੀ, ਠੀਕ ਹੈ ਨਾ। ਪਰ ਨਹੀਂ, ਉਹ ਬੰਦਾ ਕਹਿੰਦਾ ਵੀ ਮੇਰੇ ਤੋਂ ਆਪਣੀ ਪਰਫੋਰਮੈਂਸ ਨਹੀਂ ਦੇ ਹੋਣੀ, ਮੈਂ ਤੁਹਾਡੇ ਪੈਸੇ ਵਾਪਸ ਕਰ ਦਿੰਦਾ। ਉਹਨੇ ਵਾਪਸ ਕੀਤੇ। ਇਹ ਆਪਣੇ ਪਲੇਅਰ ਦੇ, ਆਪਣੇ ਆਪਣੇ ਦੇ ਵੀ ਆ, ਆਪਾਂ ਵੀ ਆਪਾਂ ਕੀ ਆਪਾਂ ਜੋ ਆਪਣੇ ਤੋਂ ਕਲੱਬ ਵਾਲੇ ਅਕਸੈਪਟ ਕਰਦੇ ਆਪਾਂ ਉਹ ਕਰ ਪਾਵਾਂਗੇ, ਠੀਕ ਹੈ ਜੀ। ਇਸ ਕਰਕੇ ਕਲੱਬ ਵਾਲਿਆਂ ਨੂੰ ਸਮਝਾਉਣਾ ਪੈਂਦਾ, ਅਤੇ ਪਲੇਅਰ ਨੂੰ ਵੀ ਸਮਝਣਾ ਚਾਹੀਦਾ ਵੀ ਮੇਰੇ ਪੈਸੇ ਘੱਟ ਹੋਏ, ਕਾਹਤੋਂ ਘੱਟ ਹੋਏ ਆ। ਆਪਾਂ ਕਹਿ ਦਈਏ ਫਿੱਟ ਨਹੀਂ, ਅਸੀਂ ਬਹਾਨੇ ਮਾਰੀਏ, ਚਾਲ ਮਾਰੀਏ, ਉਹ ਕਹਿੰਦੇ ਵੀ ਇੱਥੇ ਤੁਸੀਂ ਕਰਨਾ ਆ, ਆਹ ਸੀਜ਼ਨ ਦੇ 5-6 ਮੈਚ ਹੁੰਦੇ, 7 ਕੱਪ ਹੁੰਦੇ ਆ, ਠੀਕ ਨਹੀਂ। ਇਸ ਕਰਕੇ ਮੇਰੇ ਵੀਰੋ, ਵੀ ਕਬੱਡੀ ਹੈਗੀ ਆ ਮੌਕੇ 'ਤੇ, ਗਰਾਊਂਡ ਦੀ ਕਬੱਡੀ ਆ, ਨੰਬਰ ਲੈਂਦੇ ਹਾਂ, ਆਪਾਂ ਨੂੰ ਪੈਸੇ ਮਿਲਣੇ ਆ, ਅਤੇ ਕੋਈ ਰੱਖਦਾ ਨਹੀਂ। ਹੁਣ ਕਮਲ ਨਵੇਂ ਪਿੰਡੀਆ ਪਹਿਲੇ ਸਾਲ ਖੇਡਣ ਆਇਆ ਸੀ ਮੈਨਕੂਰ ਕਲੱਬ ਲਈ, ਟਿਕਟ 'ਤੇ ਆਇਆ ਸੀਗਾ, ਇਕੱਲੀ ਟਿਕਟ 'ਤੇ। ਉਹ ਬੰਦੇ ਨੇ ਆਪਣੀ ਪਰਫੋਰਮੈਂਸ ਦਿੱਤੀ, ਮੈਂ 4 ਲੱਖ ਕਿਹਾ ਕਲੱਬ ਨੂੰ, ਉਹਨਾਂ 5 ਲੱਖ ਦਿੱਤਾ। ਡਿੱਪੀ ਬੁਰਜ ਹਰੀ ਸਿੰਘ ਦਾ ਖੇਡਣ ਆਇਆ ਸੀ ਪਹਿਲੇ ਸਾਲ, ਉਹਦੀ ਗੱਲ ਹੋਈ ਟਿਕਟ 'ਤੇ, ਠੀਕ ਆ। ਆਪਣੇ ਉਹਦੇ ਬਲਜੀਤ ਗਿੱਲ ਪਵਾਲਾ ਭਾਈ ਸਾਡੇ ਨਹੀਂ ਰਹੇ, ਵੀ ਬਹੁਤ ਕਬੱਡੀ ਪਲੇਅਰ ਨੂੰ ਪਿਆਰ ਕਰਦੇ ਸੀ। ਡਿੱਪੀ ਉੱਥੇ ਜਾ ਕੇ ਪੂਰੀ ਪਰਫੋਰਮੈਂਸ ਦਿੱਤੀ ਬੰਦੇ ਨੇ, ਠੀਕ ਆ। ਕਿਉਂਕਿ ਵੈਨਕੂਵਰ ਕਲੱਬ ਇੱਦਾਂ, ਜੋ ਜਿੰਨੇ ਮੈਂ ਜੋ ਮੈਂ ਕਹਿਤਾ ਨਾ ਉਹ ਕਰਨਾ। ਪਰ ਹਾਂ ਇਹ ਵੀ ਆ, ਜੇ ਪਲੇਅਰ ਕੁਛ ਨਹੀਂ ਕੀਤਾ ਉੱਥੇ ਵੀ ਜਵਾਬ ਮੰਗਦੇ ਹੋ, ਅਤੇ ਮੈਨੂੰ ਪਤਾ ਪਲੇਅਰ ਨਹੀਂ, ਹਾਂ ਉਹਦੇ ਪੈਸੇ ਕੱਟਣੇ ਬਣਦੇ ਬਣਦੇ ਆ। ਇੱਕ ਡਿੱਪੀ ਦਾ 2 ਲੱਖ ਕਿਹਾ, ਉਹਨਾਂ 3 ਲੱਖ ਦਿੱਤਾ। ਇਹ ਹੈਗਾ ਵੀ ਜੇ ਕੋਈ ਨਹੀਂ ਦਿੰਦਾ ਪੈਸੇ ਵੈਨਕੂਵਰ ਕਲੱਬ ਦੇ, ਵੀ ਜੇ ਕੋਈ ਦੱਸਿਆ ਪਲੇਅਰ ਨੂੰ ਨਹੀਂ, ਉਹ ਮੇਰਾ ਤੁਸੀਂ ਨਾਂ ਲੈ ਕੇ ਲਿਖਣਾ ਵੀ ਸੰਦੀਪ ਸਾਡੇ ਪੈਸੇ ਮਾਰਤੇ ਜਾਂ ਨਹੀਂ ਦਿੱਤੇ, ਉਹ ਗੱਲ ਮੇਰੀ ਹੁੰਦੀ ਆ ਪਲੇਅਰਾਂ ਵਾਂ। ਅਤੇ ਇਸ ਕਰਕੇ ਵੀਰੋ, ਜੋ ਸੀਗੀ ਗੱਲਬਾਤ ਸੱਚਾਈ ਨਾ, ਜੋ ਸੱਚ ਆ, ਆਪਾਂ ਨੂੰ ਤਾਂ ਬੋਲਣਾ ਚਾਹੀਦਾ ਹਮੇਸ਼ਾ। ਜੇ ਵਿੱਚ ਮੈਂ ਨਾ ਬੋਲਦਾ ਹੈ ਨਾ, ਵੀ ਇੱਕ ਹੁੰਦਾ ਵੀ ਆਪਾਂ ਪਲੇਅਰ, ਹਾਂ ਮੈਂ ਪਲੇਅਰ ਹਾਂ, ਮੈਂ ਪਲੇਅਰ ਦਾ ਹਮੇਸ਼ਾ, ਮੈਂ ਹੁਣ ਵੀ ਕਹਿੰਦਾ, ਪਹਿਲਾਂ ਵੀ ਗਾਂ ਵੀ ਮੈਂ ਪਲੇਅਰ ਛੇੜ ਲਊਂਗਾ, ਮੈਂ ਪਲੇਅਰ ਦੇ ਪੱਖ ਦੀ ਗੱਲ ਕਰੂੰਗਾ, ਕਿਉਂਕਿ ਕਈ ਥਾਂ ਧੱਕਾ ਬਹੁਤ ਹੁੰਦਾ ਪਲੇਅਰ ਨਾਲ। ਪਰ ਜਿੱਥੇ ਜਿੱਥੇ ਜਿਹੜੀ ਗੱਲ ਸੱਚਾਈ ਆ, ਉਹ ਸੱਚਾਈ ਆ, ਜੋ ਜਿਹੜਾ ਗਲਤ ਆ ਉਹਨੂੰ ਆਪਣਾ ਗਲਤ ਕਹਿਣਾ ਫਰਜ਼ ਬਣਦਾ। ਅਤੇ ਚਲੋ ਹੋਰ, ਬਾਕੀ ਬਾਈ ਇਹ ਹੈਗਾ ਵੀ ਮੈਂ ਤਾਂ ਇਹ ਕਹਿੰਦਾ ਬਾਈ, ਮੌਕਾ ਮਿਲੇ ਨਾ ਆਪਣੀ ਮਿਹਨਤ ਕਰੋ, ਠੀਕ ਆ। ਜੋ ਆਪਾਂ ਕਰ ਸਕਦੇ ਹਾਂ, ਜਿੰਨਾ ਕੁ ਆਪਾਂ ਪ੍ਰੋਗਰਾਮ ਦੇ ਸਕਦੇ ਹਾਂ, ਉਸ ਹਿਸਾਬ ਨਾਲ ਪੈਸੇ ਲਓ, ਠੀਕ ਨਹੀਂ। ਅਤੇ ਸਿੱਧੀ ਗੱਲ ਕਰੋ, ਠੀਕ ਹੈ। ਪੈਸੇ ਕੱਟਣ ਦੇ ਮੇਰੇ ਵੀ ਪੈਸੇ ਕੱਟ ਹੋਏ ਆ, ਕੱਟ ਹੋਏ ਵੀ ਆ, ਹੁੰਦੇ ਵੀ ਆ, ਹੋਣਗੇ, ਪਰ ਇਹ ਹੈ ਨਹੀਂ ਵੀ ਸਾਡੇ ਪੈਸੇ ਮਰੇ ਹੁਣ, ਪੈਸੇ ਨਹੀਂ ਮਰੇ ਆਪਣੇ ਤੱਕ, ਕਦੋਂ ਆਪਾਂ ਸਿੱਧੀ ਠੋਕ ਵਜਾ ਗੱਲ ਕਰਦੇ ਹਾਂ ਮੂੰਹ 'ਤੇ, ਤਾਂ ਫਿਰ ਜਿੱਥੇ ਕਦੇ ਗੱਲ ਕਰ ਲਈ ਕਰ ਲਈ। ਅਤੇ
ਚਲੋ ਬਾਕੀ ਬਾਈ ਕਬੱਡੀ ਤਾਂ ਮੈਂ ਪਹਿਲਾਂ ਕਹਿੰਦਾ ਹੁੰਦਾ ਕਬੱਡੀ ਰੋਲੇ ਕੋਲੇ ਚੱਲਦੇ ਆ, ਚੱਲੀ ਜਾਣੇ ਆ, ਚੇਂਜ ਆ ਨਾ ਕੋਈ। ਹੁਣ ਚਲੋ ਕਹਿੰਦੇ ਵੀ ਹੁਣ ਵਰਲਡ ਫੈਸ਼ਨ ਬਣ ਰਹੀ ਆ, ਚਲੋ ਵਰਲਡ ਫੈਸ਼ਨ ਬਣਨੀ ਚਾਹੀਦੀ ਵੀ ਆ, ਪਰ ਇੱਕ ਵਧੀਆ ਤਰੀਕੇ ਨਾਲ ਨਾ। ਉਹ ਕਬੱਡੀ 'ਚ ਆਪਣੇ ਜਿੱਦਬਾਜ਼ੀਆਂ ਬਹੁਤ ਹੋ ਗਈਆਂ, ਈਰਖਾ ਜਿੱਦਬਾਜ਼ੀਆਂ ਜ਼ਿਆਦੀਆਂ ਨਾ, ਹਰ ਕੋਈ ਆਪਣਾ। ਮੈਂ ਗੱਲ ਕਹੂੰ ਕਬੱਡੀ ਕਬੱਡੀ ਨਾਲ ਬਹੁਤ ਘੱਟ ਲੋਕਾਂ ਦਾ ਪਿਆਰ ਆ, ਬਹੁਤ ਥੋੜ੍ਹੇ ਲੋਕਾਂ ਦਾ। ਜ਼ਿਆਦਾ ਆਪਣੇ ਨਾ ਆਹੀ ਕੱਢਦੇ ਆ ਜਿੱਦਾਂ ਕਬੱਡੀ 'ਚ ਨਾ, ਆਪਣੀਆਂ ਬਾਹਰ ਹੁੰਦੀਆਂ ਜਿੱਦਬਾਜ਼ੀਆਂ ਕਬੱਡੀ 'ਚ ਕੱਢ ਰਹੇ ਆ। ਅਤੇ ਚਲੋ ਆਪਾਂ ਅਰਦਾਸ ਕਰਦੇ ਹਾਂ ਬਈ ਵਾਹਿਗੁਰੂ ਮੂਹਰੇ ਕਬੱਡੀ ਦਾ ਸੁਧਾਰ ਹੋਵੇ, ਚੜ੍ਹਦੀ ਕਲਾ ਰਹੇ ਨਾ। ਅਤੇ ਪਰ ਆਹ ਚੀਜ਼ ਤਾਂ ਜ਼ਰੂਰ ਆ ਮੇਰੇ ਪਲੇਅਰ ਵੀਰੋ, ਨੋਟ ਕਰਿਓ ਨਾ, ਵੀ ਮਿਹਨਤ ਕਰੋ ਅਤੇ ਪੈਸੇ ਜੋ ਆਪਣਾ ਹੱਕ ਸੱਚ ਆ ਉਹੀ ਮਿਲਣਾ। ਅਤੇ ਬਾਕੀ ਜੇ ਕਿਸੇ ਵੀਰੇ ਵੀਰ ਨੂੰ ਗੁੱਸਾ ਲੱਗਾ ਹੋਵੇ ਜਾਂ ਕੋਈ ਮੈਂ ਵੱਧ ਘੱਟ ਗੱਲ ਗਈ ਹੋਵੇ ਆ, ਤਾਂ ਮੈਂ ਮਾਫ਼ੀ ਮੰਗਦਾ ਹਾਂ। ਜੋ ਮੇਰੇ ਮੂਹਰੇ ਹੋਇਆ, ਜੋ ਮੇਰੇ ਨਾਲ ਗੱਲ ਸੱਚ ਸੀਗੀ, ਉਹ ਮੈਂ ਮੂਹਰੇ ਰੱਖਤੀ ਆ। ਅਤੇ ਚਲੋ ਹੋਰ ਸਾਰੇ ਮੇਰੇ ਵੀਰ ਠੀਕ ਠਾਕ ਨਾ। ਅਤੇ ਅਤੇ ਚਲੋ ਵੀ ਬਾਈ ਆਪਾਂ ਨਾ ਮਿਲਦੇ ਹਾਂ ਫਿਰ, ਹੁਣ ਕਿਸੇ ਦਿਨ ਕਰਦੇ ਹਾਂ ਗੱਲਾਂ ਬਾਤਾਂ। ਹੁਣ ਕਬੱਡੀ ਕਬੱਡੀ ਦਾ ਕੀ ਹੋਣੀ ਨਹੀਂ, ਹੈ ਨਾ, ਵਿਹਲੇ ਹੀ ਹਾਂ। ਅਮੈਰੀਕਾ 'ਚ ਕਬੱਡੀ ਹੋ ਰਹੀ ਹੈ, ਸਾਡਾ ਬੋਸ ਬਲਜੀਤ ਸੰਧੂ ਕਹਿ ਰਿਹਾ ਵੀ ਇੱਥੇ ਮੈਚ ਹੋਣਗੇ ਅਤੇ ਬੇਰੀਆ ਟੀਮ ਖੇਡੂਗੀ ਪੂਰੀ। ਜਿੱਦਾਂ ਤੁਹਾਨੂੰ ਪਤਾ ਵੀ ਉਹ ਵੀ ਬੰਦਾ ਬੋਸ ਬਲਜੀਤ ਸਿੰਘ ਸੰਧੂ ਬਹੁਤ ਬਹੁਤ ਜ਼ਿਆਦਾ ਦੇਣਾ ਕਬੱਡੀ ਨੂੰ, ਬਹੁਤ ਕਬੱਡੀ ਨੂੰ 12 ਮਹੀਨੇ ਉਹ ਟੱਚ ਕਬੱਡੀ ਨਾਲ ਜੁੜਿਆ ਹੁੰਦਾ। ਜਿੱਦਾਂ ਮਰਜ਼ੀ ਕਹਿਣਾ ਵੀ ਟੀਮ ਤਕੜੀ ਆ, ਜੋ ਮਰਜ਼ੀ ਉਹਨੇ ਟੀਮ ਤਕੜੀ ਮਿਹਨਤ ਕਰਕੇ ਬਣਾਈ ਆ, ਉਹਨੇ ਮਿਹਨਤ ਕੀਤੀ, ਉਹਨੇ ਪਲੇਅਰ ਜੋੜੇ ਆ, ਵੀਜ਼ੇ ਲਵਾਏ ਆ, ਹੈ ਨਾ। ਅਤੇ ਹੁਣ ਵੀ ਮੈਂ ਕਹਿੰਦਾ ਕੋਈ ਦਿਨ ਉੱਦਾਂ ਦਾ ਨੀਗਾ ਜਿੱਦਣ ਉਹ ਉਹਦੀ ਮੇਰੇ ਨਾਲ ਗੱਲ ਨਾ ਹੁੰਦੀ ਹੋਵੇ ਕਬੱਡੀ ਤੌਰ 'ਤੇ, ਗਾਂਹ ਕੀ ਕਰਨਾ ਕਿੱਦਾਂ ਕਰਨਾ। ਠੀਕ ਆ, ਨਵੇਂ ਮੁੰਡੇ ਦਾ ਹੁਣ ਵੀ ਵੀਜ਼ੇ ਪੜਾਈ ਵੀਜ਼ੇ, ਹਾਂ ਕਿਹਦਾ ਲਵਾਉਣਾ ਆਪਾਂ ਕੀ ਕਰਨਾ, ਅਤੇ ਸਾਰਿਆਂ ਦਾ ਹੀ ਆ। ਉਹ ਬੰਦਾ ਮਿਹਨਤ ਕਰਦਾ, ਅਤੇ ਮੈਂ ਸਾਰੀਆਂ ਕਲੱਬਾਂ ਨੂੰ ਕਹਿੰਦਾ ਵੀ ਤੁਸੀਂ ਵੀ ਹਾਂ ਮਿਹਨਤ ਕਰੋ, ਵੱਧ ਤੋਂ ਵੱਧ ਵੀਜ਼ੇ ਲਵਾਓ ਪਲੇਅਰਾਂ ਦੇ, ਜਿੰਨੇ ਵੀਜ਼ੇ ਲੱਗਣਗੇ ਉੰਨੀ ਕਬੱਡੀ ਤਕੜੀ ਹੋਊਗੀ, ਉੰਨੀ ਕਬੱਡੀ ਉੱਪਰ ਜਾਊਗੀ, ਉੰਨਾ ਹੀ ਕਬੱਡੀਆਂ ਦਾ ਪਲੇਅਰਾਂ ਦਾ ਫਾਇਦਾ ਹੋਊਗਾ, ਹੈ ਨਾ। ਪੁਰਾਣੇ ਮੁੰਡਿਆਂ ਤੋਂ ਹੈਗੇ, ਨਵੇਂ ਮੁੰਡੇ ਚੱਕੋ, ਨਵੇਂ ਮੁੰਡੇ ਵੀਜ਼ੇ ਲਵਾਓ। ਅਤੇ ਪਰ ਇਹ ਹੈਗਾ ਪਲੇਅਰਾਂ ਨੂੰ ਪੂਰਾ ਚਾਹੀਦਾ ਸਹਿਯੋਗ ਦੇਣਾ, ਪਲੇਅਰ ਵੀ ਸਹਿਯੋਗ ਦੇਣ। ਹਾਂ, ਜਿਹੜੇ ਬੰਦੇ ਗਲਤ ਆ ਕਬੱਡੀ 'ਚ, ਬਹੁਤ ਗਲਤ ਆ, ਮੈਂ ਹੈਗੇ ਆ ਪ੍ਰਮੋਟਰ ਬਹੁਤ ਗਲਤ ਆ, ਪਰ ਇੰਨਾ ਵੀ ਮੰਨਦਾ ਆ ਵੀ ਪਲੇਅਰ ਦੀ ਸੁਣਵਾਈ ਥੋੜ੍ਹੀ ਆ, ਸੁਣਵਾਈ ਹੈ ਨਹੀਂ। ਓਕੇ ਵੀਰੋ, ਫਿਰ ਆਪਾਂ ਕਰਦੇ ਗੱਲ ਨਾ। ਸਤਿ ਸ਼੍ਰੀ ਅਕਾਲ ਜੀ।